ਸਤਿ ਸ਼੍ਰੀ ਅਕਾਲ ਦੋਸਤੋ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੀਤੇ ਦਿਨੀ ਕਬੱਡੀ ਜਗਤ ਨੂੰ ਵੱਡਾ ਝਟਕਾ ਲੱਗਿਆ ਹੈ। ਕਬੱਡੀ ਨੂੰ ਦਿਲੋਂ ਜਾਨ ਨਾਲ ਪਿਆਰ ਕਰਨ ਵਾਲਾ ਬਿੱਟੂ ਦਗਾਲ ਆਪਣੇ ਚਾਹਣ ਵਾਲਿਆਂ ਨੂੰ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਕੇ ਸਾਡੇ ਤੋਂ ਦੂਰ ਹੋ ਗਏ ਨੇ। ਬਿੱਟੂ ਦਗਾਲ ਕਬੱਡੀ ਦਾ ਐਸਾ ਖਿਡਾਰੀ ਸੀ ਜਿਸ ਦੇ ਜੱਫੇ ਦੀ ਦੁਨੀਆ ਦੀਵਾਨੀ ਸੀ। ਬਿੱਟੂ ਦਗਾਲ ਨੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਕਬੱਡੀ ਵਿੱਚ ਇੱਕ ਵੱਖਰਾ ਨਾਮ ਬਣਾਇਆ ਸੀ। ਬਿੱਟੂ ਦਗਾਲ ਨੂੰ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਬਹੁਤ ਸ਼ੌਂਕ ਸੀ। ਬਚਪਨ ਵਿੱਚ ਕੋਈ ਵੀ ਅਜਿਹਾ ਟੂਰਨਾਮੈਂਟ ਨਹੀਂ ਹੋਵੇਗਾ ਜੋ ਉਹਨਾਂ ਦੇ ਪਿੰਡ ਜਾਂ ਕਿਸੇ ਨੇੜਲੇ ਪਿੰਡ ਤੇ ਹੋਵੇ ਤੇ ਬਿੱਟੂ ਨੇ ਨਾ ਦੇਖਿਆ ਹੋਵੇ। ਦੋਸਤੋ, ਬਿੱਟੂ ਦਗਾਲ ਦਾ ਜਨਮ 27 ਦਸੰਬਰ 1983 ਨੂੰ ਪਿੰਡ ਦਗਾਲ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਬਿੱਟੂ ਦਗਾਲ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਕਬੱਡੀ ਵਿੱਚ ਹੱਡ ਤੋੜ ਮਿਹਨਤ ਕੀਤੀ ਸੀ। ਕਿਹਾ ਜਾਂਦਾ ਹੈ ਕਿ ਬਿੱਟੂ ਸਵੇਰੇ 4 ਵਜੇ ਪ੍ਰੈਕਟਿਸ ਲਾਉਣ ਲਈ ਗਰਾਊਂਡ ਵਿੱਚ ਚਲਾ ਜਾਂਦਾ ਸੀ ਤੇ ਸੂਰਜ ਢਲਿਆ ਹੀ ਘਰ ਵਾਪਸੀ ਕਰਦਾ ਸੀ। ਬਿੱਟੂ ਦਗਾਲ ਦੀ ਇਹੀ ਮਿਹਨਤ ਕਰਕੇ ਇਹਨਾਂ ਦਾ ਨਾਮ ਸਿਰੇ ਦੇ ਜਾਫੀਆਂ ਵਿੱਚੋਂ ਇੱਕ ਬੋਲਦਾ ਸੀ। ਬਿੱਟੂ ਨੇ ਨਾਮਵਰ ਜਾਫੀਆਂ ਨੂੰ ਜਾਫੇ ਲਾ ਕੇ ਵੱਖਰੇ ਰਿਕਾਰਡ ਕਾਇਮ ਕੀਤੇ ਨੇ। ਦੋਸਤੋ, ਹੁਣ ਜੇ ਆਪਾਂ ਗੱਲ ਕਰੀਏ ਬਿੱਟੂ ਦਗਾਲ ਦੀ ਫੈਮਿਲੀ ਦੀ ਤਾਂ ਇਹਨਾਂ ਦੀ ਫੈਮਿਲੀ ਵਿੱਚ ਇਹਨਾਂ ਦੇ ਮਾਤਾ ਪਿਤਾ ਤੇ ਇਹਨਾਂ ਦੀ ਵਾਈਫ ਤੇ ਇਹਨਾਂ ਦਾ ਪੁੱਤਰ ਰਸ਼ਮੀਤ ਸਿੰਘ ਹੈ। ਦੋਸਤੋ, ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਬਿੱਟੂ ਦਗਾਲ ਦੁਆਰਾ ਜਿੱਤੇ ਗਏ ਇਨਾਮਾਂ ਦੀ। ਬਿੱਟੂ ਦਗਾਲ ਨੇ ਅਨੇਕਾਂ ਹੀ ਮੋਟਰਸਾਈਕਲ, ਸੋਨੇ ਦੇ ਮੁੰਦਰੀਆਂ, ਚੈਨੀਆਂ ਤੇ ਸਕੋਰਪੀਓ ਗੱਡੀ ਵਰਗੇ ਅਨੇਕਾਂ ਨਾਮ ਜਿੱਤ ਕੇ ਆਪਣੇ ਨਾਮ ਲਵਾਏ ਨੇ। ਬਿੱਟੂ ਦਗਾਲ ਦੀ ਮੌਤ ਤੇ ਜਿੱਥੇ ਪੂਰਾ ਪੰਜਾਬ ਰੋਸ ਕਰ ਰਿਹਾ ਹੈ, ਉੱਥੇ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੀ ਨੇ ਪੋਸਟ ਜ਼ਰੀਏ ਦੁੱਖ ਜ਼ਾਹਿਰ ਕੀਤਾ, ਜਿਸ ਵਿੱਚ ਉਹ ਲਿਖਦੇ ਨੇ, ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਬਿੱਟੂ ਦਗਾਲ ਦੇ ਅਕਾਲ ਚਲਣਾ ਕਰ ਜਾਣ ਦੀ ਖਬਰ ਸੁਣ ਕੇ ਬਹੁਤ ਹੀ ਦੁੱਖ ਲੱਗਾ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਪੰਜਾਬ ਦੀ ਧਰਤੀ ਤੇ ਮਾਂ ਖੇਡ ਕਬੱਡੀ ਨੂੰ ਸਦਾ ਉਸਤੇ ਨਾਜ਼ ਰਹੇਗਾ। ਦੋਸਤੋ, ਬਿੱਟੂ ਦਗਾਲ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ। ਤੁਸੀਂ ਵੀ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਇਓ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਮਿਲ ਜਾਵੇ ਤੁਹਾਨੂੰ ਸਭ ਤੋਂ ਪਹਿਲਾਂ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕੁਛ ਨਵਾਂ ਲੈ ਕੇ।